ਕੋਈ ਗੱਲ ਨਹੀਂ ਸਭ ਕੁਝ ਹੈਗਾ ਸਾਡੇ ਘਰ ਚ ਕੀ ਨਹੀਂ ਮਿਲਦਾ ਤੈਨੂੰ ਮੰਮੀ ਉਹ ਨਹੀਂ ਗੱਲ ਹੈਗੀ ਮੈਂ ਚਲ ਘਰ ਬੈਠੀ ਵੀ ਤੇ ਵਿਹਲੀ ਰਹਿਣੀ ਆ ਚਲ ਇਹ ਗੱਲ ਉੱਥੇ ਚਲ ਚਲ ਜਾ ਨਾਲ ਟਾਈਮ ਪਾਸ ਹੋ ਜਾ ਕਰੂਗਾ ਨਹੀਂ ਨਹੀਂ ਪੁੱਤ ਮੈਨੂੰ ਬਾਬੇ ਨੇ ਮਹਾ ਖੁਸ਼ੀ ਦਿੱਤੀ ਆ ਇਹ ਮੌਕਾ ਮੈਂ ਹੱਥੋਂ ਨਹੀਂ ਗਵਾਉਣਾ ਚਾਹੁੰਦੀ ਹੁਣ ਗੱਲ ਤੇ ਤੇਰੀ ਠੀਕ ਵਾ ਜੇ ਕੁੜੀ ਹੋ ਗਈ ਤੇ ਫਿਰ ਆਪਾਂ ਕੀ ਕਰਾਂਗੇ ਚਲ ਪਹਿਲਾਂ ਹੀ ਪਤਾ ਲੱਗ ਜਾ ਚੰਗੀ ਗੱਲ ਵਾ ਤੇ ਹੈਗੀ ਵਾਕ ਵੀ ਕਿਸੇ ਡਾਕਟਰ ਨਾਲ ਤੈਨੂੰ ਪਤਾ ਵਾ ਨਾ ਆਹੋ ਗੈਰ ਕਾਨੂੰਨੀ ਕੰਮ ਜੋ ਹੋਇਆ ਹੁਣੇ ਮੈਂ ਭੈਣ ਜੀ ਮੈਂ ਤੇ ਨਾ ਕੰਮ ਵਿੱਚ ਹੀ ਲੱਗੀ ਰਹੀ ਆ ਤੁਹਾਡੇ ਲਾਗੇ ਬਹਿਣ ਦਾ ਤੇ ਵੇਲ ਹੀ ਲੱਗਾ ਮੇਰਾ ਭੈਣ ਜੀ ਤੁਸੀਂ ਜਾਣ ਕੇ ਰੋਟੀ ਦੀ ਖੇਚਲ ਕੀਤੀ ਅਸੀਂ ਰੋਟੀ ਖਾ ਕੇ ਆਏ ਸੀਗੇ ਤੇ ਹੁਣ ਘਰ ਜਾ ਕੇ ਮੈਂ ਬਣਾਉਣੀ ਸੀ ਰੋਟੀ ਤੁਸੀਂ ਤੇ ਐਵੇਂ ਲੱਗੇ ਰਹੇ ਸੋ ਬਹਿ ਕੇ ਗੱਲਾਂ ਬਾਤਾਂ ਕਰਦੇ ਆਪਾਂ ਕਿਤੇ ਰੋਜ਼ ਤੁਰੇ ਜੇ ਫਿਰ ਕੀ ਆ ਰੋਟੀ ਤੇ ਆਪਾਂ ਵੀ ਖਾਣੀ ਸੀਗੀ ਤਾਂ ਕੀ ਹੋ ਗਿਆ ਭੈਣ ਜੀ ਹੋਰ ਸੁਣਾਓ ਤੁਸੀਂ ਹਾਂ ਠੀਕ ਠਾਕ ਤੁਹਾਡੇ ਭੈਣ ਦੇ ਵੀ ਅੰਦਰ ਪੋਤਾ ਹੋਇਆ ਵਾ ਹਾਂਜੀ ਹਾਂਜੀ ਕਿੰਨੇ ਚਿਰ ਦਾ ਹੋ ਗਿਆ ਵਾ ਉਹ ਹੋ ਹੀ ਗਿਆ 7 ਮਹੀਨੇ ਦਾ ਅੱਛਾ ਅੱਛਾ ਵਾ 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 ਕਿ ਮਾੜਾ ਜਿਹਾ ਗਏ ਵੇਖਣ ਨਹੀਂ ਮੈਂ ਤਾਂ ਸਗੋਂ ਜਾਣਾ ਸੀਗਾ ਕੱਲ ਅੱਛਾ ਮੈਂ ਤਾਂ ਤਿਆਰ ਹੀ ਹੋਣ ਡਈ ਸੀ ਤੇ ਉਹ ਆਣ ਕੇ ਮੈਨੂੰ ਦੱਸਤਾ ਇਹਨੇ ਲਵਲੀ ਨੇ ਵੀ ਰਪਿੰਦਰ ਠੀਕ ਨਹੀਂਗੀ ਤੇ ਫਿਰ ਮੈਂ ਕਿਹਾ ਵੀ ਚੱਲ ਛੱਡ ਪਰੇ ਫੇਰ ਕਿਤੇ ਚਲ ਜਾਾਂਗੇ ਤੇ ਆਪਾਂ ਕੁੜੀ ਨੂੰ ਲੈ ਕੇ ਚਲ ਗਏ ਫਿਰ ਅੱਛਾ ਅੱਛਾ ਆਹੋ ਚੱਲ ਕੋਈ ਗੱਲ ਨਹੀਂ ਉੱਥੇ ਫੇਰ ਕਿਤੇ ਚਲ ਜਾਾਂਗੇ ਕਿ ਆਪਣਾ ਘਰ ਜ਼ਰੂਰੀ ਆ ਹੁਣ ਚੱਲ ਕੋਈ ਗੱਲ ਨਹੀਂ ਕਿਤੇ ਵੇਲੇ ਕੋਲੇ ਜਾ ਕੇ ਤੇ ਫੇਰ ਮਾਰ ਆਇਓ ਕਿ ਨਹੀਂ ਨਹੀਂ ਇਦਾਂ ਹੀ ਕਰਾਂਗੇ ਭੈਣ ਜੀ ਮੈਂ ਵੇਖਣ ਲਈ ਸਾਰਾ ਕੰਮ ਤੁਸੀਂ ਆਪ ਕਰਨ ਦੇ ਜੀ ਚੱਲ ਨਿੱਕਾ ਮੋਟਾ ਕੰਮ ਇਹਨੂੰ ਕਰਨ ਦਾ ਤਾਂ ਕਿਤੇ ਫੁਲਕੇ ਲਾ ਤੇ ਲਾਗੋ ਭਾਂਡੇ ਦੋ ਸਾਫ਼ ਕਰਤੇ ਤੇ ਆਟਾ ਉਟਾ ਤੁਸੀਂ ਆਪ ਗੁੰਨ ਲਿਆ ਨਹੀਂ ਨਹੀਂ ਭੈਣ ਜੀ ਮਹਾ ਤੇ ਮਾਰੇ ਨੇ ਖੁਸ਼ੀ ਦਿੱਤੀ ਆ ਤੇ ਮੈਂ ਆਪਣੀ ਨੌਂ ਨੂੰ ਪਿਆਰ ਨਹੀਂ ਹੁਣ ਥੱਲੇ ਪਾਉਣ ਦੇਣਾ ਮੈਂ ਤੇ ਕਹਿੰਦੀ ਆ ਰੱਬ ਮੈਨੂੰ ਪੋਤਾ ਦੇ ਦੇ ਤੇ ਮੈਂ ਸਾਰੀਆਂ ਖੁਸ਼ੀਆਂ ਜਿਹੜੀਆਂ ਮਨਾਵਾਂਗਾ ਜੀ ਭੈਣ ਜੀ ਪੋਤਾ ਜਾਂ ਪੋਤੀ ਇਹ ਤੇ ਮਹਾਰਾਜ ਦੇ ਹੱਥ ਵਾਸ ਆ ਇਹ ਬੰਦੇ ਦੇ ਆਪਣੇ ਹੱਥ ਵਾਸ ਨਹੀਂ ਚਲੋ ਅਸੀਂ ਤੇ ਇਹੋ ਗੱਲ ਕਹਿੰਨੇ ਆ ਵੀ ਮਹਾਰਾਜ ਤੁਹਾਨੂੰ ਪੋਤਾ ਹੀ ਦਵੇ ਤੇ ਪਰ ਆਪਣੇ ਹੱਥ ਵਾਸ ਨਹੀਂ ਕੁਝ ਵੀ ਹੈਗਾ ਚਲੋ ਮਹਾਰਾਜ ਮੇਰੀ ਸੁਣ ਲੈ ਕਿਤੇ ਤੇ ਸਾਡੇ ਘਰ ਖੁਸ਼ੀ ਆ ਜੇ ਤੇ ਫਿਰ ਤੇ ਕੋਈ ਗੱਲ ਹੀ ਨਹੀਂ ਤੇ ਚਲੋ ਠੀਕ ਆ ਭੈਣ ਜੀ ਸਾਇਰਸ ਵੀ ਆਉਂਦਾ ਹੁਣ ਆਵਾਂ ਕਾਲਜੋਂ ਤੇ ਉਹਨੇ ਵੀ ਆਣ ਕੇ ਡੀਕਣਾ ਵੀ ਮੰਮੀ ਹੁਣੀ ਆਏ ਨਹੀਂਗੇ ਤੇ ਅਸੀਂ ਜਾਂਦੇ ਆ ਫਿਰ ਹੁਣ ਮੇਰੀ ਗੱਲ ਸੁਣੋ ਹਾਂ ਅੱਜ ਰਾਤ ਰਹਿ ਪੋ ਫਿਰ ਕੀ ਆ ਨਹੀਂ ਰਾਤ ਰਹਿਣ ਫੇਰ ਆਵਾਂਗੇ ਨਾਲੇ ਉਹਨੂੰ ਦੱਸ ਆਵਾਂਗੇ ਨਾ ਤੇ ਫੇਰ ਰਾਤ ਰਵਾਂਗੇ ਚਲੋ ਠੀਕ ਆ ਮੈਂ ਤਾਂ ਕਹਿੰਦੀ ਘੜੀ ਬਹਿ ਜਾਂਦੇ ਨਹੀਂ ਹੁਣ ਚੱਲੀ ਗਏ ਹਾਂਜੀ ਹਾਂਜੀ ਉਹ ਯਾਰ ਕੰਮ ਦੇ ਚੱਲਣ ਡਿਆ ਕੈਲੰਡਰ ਕਲੰਡਰ ਦਾ ਕੰਮ ਆ ਪਰਚੀਆਂ ਦੇ ਅੱਗੇ ਦੋ ਤਿੰਨ ਛੁੱਟੀਆਂ ਵਾ ਤੇ ਹੁਣ ਕਹਿੰਦੇ ਫੇਰ ਕੈਲੰਡਰ ਕਲੰਡਰ ਨਵੇਂ ਬਣਨੇ ਆ ਉਹ ਯਾਰ ਲੇਟ ਹੀ ਹੋ ਜਾਣਾ ਵਾ ਕੰਮ ਦੱਸਾਂ ਗੱਲ ਕੀ ਮੈਨੂੰ ਇਹ ਆ ਵੀ ਜੇ ਲੇਬਰ ਚੱਲ ਗਈ ਤੇ ਮੁੜ ਕੇ ਗੰਨੇ ਆਪ ਹੀ ਖਿੱਲੇ ਨਹੀਂ ਜਾਣੇ ਹਾਂਜੀ ਹਾਂਜੀ ਉਹ ਤਾਂ ਗੱਲ ਤੁਹਾਡੀ ਸਹੀ ਆ ਚਲੋ ਫਿਰ ਵੀ ਕਿਤੇ ਖਿਆਲ ਰੱਖਿਓ ਚਲੋ ਇੱਕ ਅੱਧੀ ਤੁਸੀਂ ਦੇ ਦਿਓ ਬਾਕੀ ਹੋਰ ਕੇ ਰਿਸ਼ਤੇਦਾਰ ਨੂੰ ਪੁੱਛ ਲਾਂਗੇ ਹਾਂ 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 ਚਲੋ ਠੀਕ ਆ ਠੀਕ ਫਿਰ ਕਰਿਓ ਫੋਨ ਫਿਰ ਹੈ ਆਹੋ ਓਕੇ ਕੀ ਕਹਿੰਦੇ ਡੈਡੀ ਪਰਚੀ ਵੱਲੋਂ ਪਰਚੀ ਵੱਲੋਂ ਯਾਰ ਉਹ ਕੀਤਾ ਉਹਨਾਂ ਨੂੰ ਹਾਂ ਕੀਤੇ ਉਹਨਾਂ ਨੂੰ ਫੋਨ ਆਹੋ ਉਹ ਕਹਿੰਦੇ ਆ ਵੀ ਇੱਕ ਦੋਵਾਂ ਦਿਨਾਂ ਤੱਕ ਆਏ ਨਹੀਂ ਆ ਤੇ ਇਹ ਲੈ ਲਿਓ ਤੇ ਫਿਰ ਤੁਸੀਂ ਸਾਨੂੰ ਦੇ ਦਿਓ ਆਹੋ ਵੇਖ ਲਓ ਗਾਂ ਹੁਣ ਚੱਲ ਗਿਆ ਤੇ ਠੀਕ ਆ ਨਹੀਂ ਤੇ ਬਾਅਦ ਚੋਂ ਬਾਅਦ ਚੋਂ ਔਖਾ ਹੋ ਜਾਣਾ ਗਾੜੀ ਹੋਲੀਆਂ ਹਲੀਆਂ ਆਣੀਆਂ ਵਾ ਹਾਂ ਭਈਏ ਭਈਏ ਚੱਲ ਜਾਣੇ ਮੁੜ ਕੇ ਇੱਕ ਤੁਸੀਂ ਯਾਰ ਚੰਗਾ ਕੀਤਾ ਵੀ ਫੈਸਲਾ ਚੰਗਾ ਲੈ ਲਿਆ ਮਾਂ ਤੁਹਾਡੀ ਬਚੂਗੀ ਉਹ ਆਹੋ ਅਸੀਂ ਵੀ ਸੋਚਿਆ ਵੀ ਐਵੇਂ ਮੁੜ ਕੇ ਬਿਮਾਰ ਬਮੂਰ ਹੋ ਗਈ ਤੇ ਫਿਰ ਟੈਨਸ਼ਨ ਸਾਨੂੰ ਹੀ ਪੈਣੀ ਉਹ ਤੇ ਗੱਲ ਵਾ ਇੱਕ ਘਰੋਂ ਪੈਸੇ ਲੱਗਣੇ ਸੀ ਤੇ ਇੱਕ ਜੀ ਜਾਂਦਾ ਲੱਗਣਾ ਉਦਾਂ ਨਹੀਂ ਕੋਈ ਗੱਲ ਜੋ ਰੋਟੀ ਪਾਣੀ ਛੱਡ ਗਈ ਉਦੋਂ ਜ਼ਿਆਦਾ ਔਖਾ ਹੋ ਗਿਆ ਉਹ ਗੱਲ ਹੋ ਗਈ ਸੀ ਨਾ ਨਾਲੇ ਸਾਨੂੰ ਟੈਨਸ਼ਨ ਪਈ ਸੀ ਉਦੋਂ ਦੱਸੀ ਦੇ ਹੈਗੀ ਤੁਹਾਨੂੰ ਉਦੋਂ ਗੱਲ ਤੇ ਆਹੋ ਉਹ ਇੱਕ ਗੱਲ ਦਾ ਡੈਡੀ ਹੋਰ ਰਫੜ ਪੈਣ ਡਿਆ ਹੁਣ ਉਹ ਕਾਹਦਾ ਹੁਣ ਪੈ ਗਿਆ ਵਾ ਉਹ ਮੁੰਡੇ ਦਾ ਹੀ ਕਹਿੰਦੀ ਮੁੰਡਾ ਹੀ ਚਾਹੀਦਾ ਵਾ ਤੂੰ ਦੱਸ ਯਾਰ ਇਹ ਕਿਤੇ ਲਿਖਿਆ ਹੁੰਦਾ ਵਾ ਤੂੰ ਰੱਬ ਦੇ ਹੱਥ ਵਾਸੀ ਆ ਉਹ ਤੇ ਗੱਲ ਵਾ ਨਾ ਆਹ ਇੱਕੋ ਮਾਸੀ ਉਹ ਪੁੱਠੀਆਂ ਸਲਾਵਾਂ ਦਿੰਦੀ ਰਹਿੰਦੀ ਉਹ ਪਤਾ ਨਹੀਂ ਜਦੋਂ ਕਿਤੇ ਆਉਂਦੇ ਉਹਨੂੰ ਹਟਾਉਣਾ ਪੈਣਾ ਜਾਂ ਆਪਦਾ ਗੱਲ ਨਾ ਸਾਡਾ ਘਰ ਤੇ ਪੁੱਟ ਦੂਗੀ ਉਹ ਖੂਨ ਪਾਣ ਤੇ ਵੀ ਲੱਗੀ ਰਹਿੰਦੀ ਉਹ ਪਤਾ ਨਹੀਂ ਕੀ ਕਹਿੰਦੀ ਰਹਿੰਦੀ ਜਿੱਦਾਂ ਉਹ ਕਹਿੰਦੀ ਉਦਾਂ ਹੀ ਕਰਨ ਲੱਗ ਪੈਂਦੀ ਮੁਰਗੀ ਸਾਡੇ ਉਹ ਕਹਿੰਦੀ ਫਿਰ ਮੇਰੇ ਘਰ ਪੋਤਾ ਹੋ ਗਿਆ ਤੇ ਸਾਰਿਆਂ ਦੇ ਘਰ ਇਹੋ ਕੰਮ ਚੱਲਣਾ ਰੇ ਆਹ ਇਹ ਤਾਂ ਰੱਬ ਦੇ ਹੱਥ ਵਸ ਵਾ ਉਹ ਤਾਂ ਗੱਲ ਨਾ ਯਾਰ ਹਾਂ ਜਿੱਧਰ ਉਹਦਾ ਕਿਤੇ ਫੋਨ ਆਉਂਦਾ ਵਾ ਨਾ ਆਪ ਹੀ ਗੱਲ ਕਰੀ ਮਾਸੀ ਵੀ ਸਾਡਾ ਘਰ ਵਸਣ ਦੇ ਅਜਦਾਂ ਕਹੂੰ ਮਾਸੜ ਨੂੰ ਕਰੂੰਗਾ ਫੋਨ ਹਾਂ ਹਾਂ ਉਹਦੇ ਆਖੇ ਲੱਗਣਾ ਹੀ ਉਹਨੇ ਨੂੰ ਕਵਾਂਗੇ ਵੀ ਤੂੰ ਸਾਡਾ ਘਰ ਗੜੀ ਜਾਣ ਲੱਗਾ ਬਿਲਕੁਲ ਬਿਲਕੁਲ ਆਹੋ ਇਹਨੂੰ ਸਮਝਾ ਕੋ ਹਨ ਚਲ ਠੀਕ ਆ ਤੁਸੀਂ ਬੈਠੋ ਤੇ ਉਹ ਪਾਣੀ ਛੱਡਿਆ ਸੀ ਗਏ ਤੁਸੀਂ ਬੰਬੀ ਵੱਲ ਉਹ ਮੈਂ ਤੇ ਗਿਆ ਉਦੋਂ ਤੇ ਚੱਲਣ ਦੀ ਬੰਬੀ ਇਹਨੇ ਇਹਨਾਂ ਵੇਖੀ ਵੀ ਕਿਤੇ ਸੀਰ ਨਾ ਪਵੇ ਕਿਤੇ ਹੋਰ ਨਾ ਪੈੜੀ ਚ ਚੱਲ ਮੈਂ ਵੇਖਣਾ ਫਿਰ ਦੂਜੇ ਕਿਲੇ ਛੱਡ ਦੂੰਗਾ ਜੇ ਭਰ ਗਿਆ ਉਹ ਚੱਲ ਵੇਖ ਲਈ ਫਿਰ ਚੱਲ ਠੀਕ ਇੱਕ ਗੇੜਾ ਮਾਰੀ ਆਲ ਦੋਲੇ ਸਾਰੇ ਕੋਈ ਨਹੀਂ ਕੋਈ ਆਹੋ
बैठे तू पे आहो की करना फिर क्या ही काम पिंड च ते बुने आए अच्छा ते लवली भी गया पानी पुनी वेखने इधर नू पैलियां ते हां पैलियां मेनू भी आ छुट्टी ही वेला ही मैं भी अच्छा जाना ते किते नहीं नहीं वेला ही हुण ते मैं जाना नहीं किते भी चल ठीक है घर ही अज शहर तक ही जाना माड़ा जा अच्छा दस ले जे कोई चीज मंगाउणी होएगी ते मैं ले लूंगा अपनी मां नू पुछ ली कोई मंगाउणा होए इन्हां नू पता होगा ते नानी इस मास नू मुक्का हुंदा वा जीवन मेरी गल सुन इन खुला ना दे रुपिंदर मुड़के तू औखी होना ही सारा काम धंधा तेन करना पै करना मुड़के रहन दो मैं को करन दवा अपनी धी कोई गल नी ना भी करूगी ना इन जोगी हैगी है मैं कर सकनी हाँ सारा काम बैठो तुम मैं चाह बना के लिया हाँ अज ते मिंट मारिया के बड़ा टाइम लगता हुंदा सी एदा ही है के तुम चाह पियो तुहानू चाह चाहीदी है ना जीवन हूं ना दवाई दारू का आप ही ख्याल रखा कर ठीक है ना कोई चीज मुक जाए जा मेनू दसता जा जोबन दसता है कले लवली सिर ते ना गल रहन दिया कर ओदा चेता एहो जिहा ही है तुसीं फिकर कातों कर दे जे मैं किसी के सिर ते गल रहन दिंदी हाँ आपां मावां तीआं झट चल जा करना वा तुसीं ना फिकर करो ये फिकर हुण मैनू ही आ सारा आपे मैं सांभ लैणा सब कुछ करो ਡੈਡੀ ਮੈਂ ਚੱਲੇ ਜੇ ਸ਼ਹਿਰ ਅੱਛਾ ਤੇ ਜੇ ਕੋਈ ਚੀਜ਼ ਮੰਗਣੀ ਹੋਊਗੀ ਤਾਂ ਫੋਨ ਕਰ ਦਿਓ ਚੱਲ ਠੀਕ ਆ ਮੈਂ ਵੀ ਗਿਆ ਲਵਲੀ ਗਿਆ ਬਾਹਰ ਨੂੰ ਮੈਂ ਵੀ ਜਾਣਾ ਸੀ ਬਾਹਰ ਨੂੰ ਮੈਂ ਤਾਂ ਚਾਹ ਪਾਣੀ ਲੈ ਜਾਣਾ ਦਾ ਹੋ ਆਹੋ ਆਹ ਪੁੱਤ ਮੇਰੀ ਗੱਲ ਸੁਣ ਤੂੰ ਹੁਣ ਧੁੱਪ ਸੇਕ ਚੰਗਾ ਤੇ ਮੈਂ ਸਫਾਈਆਂ ਕਰ ਲਾਂ ਸਾਰੀਆਂ ਮੰਮੀ ਮੈਂ ਵੀ ਆਉਂਦੀ ਤੁਹਾਡੇ ਨਾਲ ਨਹੀਂ ਨਹੀਂ ਪੁੱਤ ਇਹ ਕੰਮ ਨਹੀਂ ਬਿਲਕੁਲ ਕਰਨਾ ਸਫਾਈਆਂ ਨੂੰ ਹੱਥ ਨਹੀਂ ਲਾਉਣਾ ਤੂੰ ਸਫਾਈਆਂ ਮੈਂ ਆਪੇ ਕਰ ਦੂੰਗਾ ਕਰਾ ਦਿੰਦੀ ਅੰਮੀ ਨਹੀਂ ਨਹੀਂ ਤੂੰ ਆਰਾਮ ਕਰ ਬਸ ਆਪੇ ਕਰ ਲੂੰਗਾ ਕੰਮ ਮੈਂ ਹੁਣ ਤੇ ਨਾ ਸਾਰਾ ਮੰਮੀ ਨੇ ਨਾ ਆਪਣੇ ਸਿਰ ਹੀ ਕੰਮ ਚੁੱਕ ਲਿਆ ਆ ਮੈਨੂੰ ਤਾਂ ਮਾਸਾ ਕੰਮ ਨਹੀਂ ਕਰਨ ਦਿੰਦੇ ਹੁਣ ਚੱਲ ਇਹ ਘੱਟੋ ਘੱਟ ਹੁਣ ਮੰਮੀ ਖੁਸ਼ ਤਾਂ ਹੈਗੀ ਹੈ ਨਾ ਚਲੋ ਹੁਣ ਤਾਂ ਮੈਂ ਰੱਬ ਗੜੀ ਇਹੋ ਅਰਦਾਸ ਕਰਦੀ ਹਾਂ ਕਿ ਰੱਬਾ ਹੁਣ ਚੱਲ ਪੋਤ ਦੇਦੀ ਤੇ ਫਿਰ ਵਾ ਲਾਜ ਰੱਖ ਲਈ ਮੇਰੀ ਰੁਪਿੰਦਰ ਹਾਂਜੀ ਮੰਮੀ ਉੱਥੇ ਬੈਠੀ ਆ ਹਾਂਜੀ ਬੈਠੀ ਆ ਲੈ ਫੜ ਤੇ ਫਰੂਟ ਖਾ ਲੈ ਚੰਗਾ ਹਾਂਜੀ ਕੋਈ ਨਹੀਂ ਖਾ ਲੈਣੀ ਤੇ ਹੁਣ ਖਾ ਲਵੀ ਤੇਰਾ ਅੱਗੇ ਪਿਆ ਰਹਿ ਨਾ ਹੁੰਦਾ ਵਾ ਨਹੀਂ ਨਹੀਂ ਮੈਂ ਖਾ ਲੂੰਗੀ ਆਹ ਤਾਂ ਮੈਂ ਵੇਖਣਾ ਹੀ ਆਣ ਕੇ ਕੋਈ ਨਹੀਂ ਖਾ ਲੈਣੀ ਤੇ ਮੈਂ ਕੰਮ ਕਰਨਾ ਚੰਗਾ ਹੁਣ ਤੇ ਨਾ ਵਿਹਲੀ ਬਹਿ ਬਹਿ ਕੇ ਨਾ ਬੋਰ ਹੀ ਹੋਈ ਜਾਂਦੀ ਆ ਘਰ ਦੇ ਵਿੱਚ ਹੁਣ ਜੀ ਕਰਦਾ ਕੋਈ ਕੰਮ ਕਰਾਂ ਹੁਣ ਮੰਮੀ ਵੀ ਨਹੀਂ ਕੋਈ ਕੰਮ ਕਰਨ ਦਿੰਦੇ ਕੀ ਕਰਾਂ ਹੁਣ ਟੀਚਰ ਦੀ ਲੋੜ ਤੁਹਾਨੂੰ ਠੀਕ ਆ ਹਾਂਜੀ ਕੋਈ ਨਹੀਂ ਤੁਹਾਨੂੰ ਮੈਂ ਨਾ ਥੋੜ੍ਹੀ ਦੇਰ ਬਾਅਦ ਮੈਂ ਤੁਹਾਨੂੰ ਦੱਸ ਦਿੰਦੀ ਕਨਫਰਮ ਕਰਕੇ ਹਾਂਜੀ ਓਕੇ ਇੱਦਾਂ ਕਰਦੀ ਹਾਂ ਇਹਨਾਂ ਨਾਲ ਗੱਲ ਕਰਕੇ ਵੀ ਨਹੀਂ ਨਿਕਲਾ ਪੰਜ ਛੇ ਮਹੀਨੇ ਤਾਂ ਨੌਕਰੀ ਕਰ ਹੀ ਸਕਦੀ ਹਾਂ ਵੈਸੇ ਦੋ ਕੁ ਮਹੀਨੇ ਦੇ ਬਾਅਦ ਛੁੱਟੀ ਲੈ ਲੂੰਗੀ ਇੱਦਾਂ ਕਰਦੀ ਇਹਨਾਂ ਨੂੰ ਪੁੱਛ ਕੇ ਵੀ ਨਹੀਂ ਭਲਾ ਕੀ ਆਉਂਦੇ ਨਾਲੇ ਮੰਮੀ ਨਾਲ ਸਲਾਹ ਕਰ ਲੈਂਦੀ ਹਾਂ ਤੇਰੀ ਮੌਜ ਆ ਕੇ ਬਹਿ ਕੇ ਸਭ ਕੁਝ ਮਿਲ ਰਿਹਾ ਕਾਦੀ ਮੌਜ ਆ ਮੈਨੂੰ ਪਤਾ ਜਿੱਦਾਂ ਮੈਂ ਬੈਠੀ ਆ ਮੰਜੇ ਤੇ ਬਹਿਣਾ ਸੌਖਾ ਆ ਕਿਤੇ ਮੰਮੀ ਤੇ ਮੈਨੂੰ ਕੋਈ ਕੰਮ ਹੀ ਨਹੀਂ ਕਰਨ ਦਿੰਦੇ ਚੱਲ ਜਿੰਨੇ ਦਿਨ ਹੈਗੇ ਆ ਕੱਟ ਲਾ ਕਰਨ ਦੇ ਮੰਮੀ ਨੂੰ ਕੰਮ ਯਾਰ ਬੜਾ ਔਖਾ ਹੀ ਹੋ ਬਣਾ ਕਹਿਣਾ ਹੀ ਸੌਖਾ ਹੋ ਚੱਲ ਕੋਈ ਗੱਲ ਨਹੀਂ ਖਾ ਲਓ ਬਸ ਆ ਤੇ ਮੈਂ ਬਾਅਦ ਚ ਖਾਣੀ ਆ ਪਹਿਲਾਂ ਮੇਰੀ ਇੱਕ ਗੱਲ ਸੁਣੋ ਕੀ ਗੱਲ ਹੋਈ ਆ ਮੈਨੂੰ ਨਾ ਫੋਨ ਆਉਂ ਗਿਆ ਸਕੂਲੋਂ ਬੱਬੇ ਹਾਲੀ ਦਾ ਰਿਜ਼ਿਊਮ ਨਹੀਂ ਲੈ ਕੇ ਆਏ ਆਹੋ ਆਦੇ ਆਖਣ ਦੇ ਕਿ ਟੀਚਰ ਦੀ ਲੋੜ ਵਾ ਅੱਛਾ ਤੂੰ ਤੁਸੀਂ ਦੱਸੋ ਕੀ ਕਰੀਏ ਕਰਾਂਗੀ ਇਹ ਚੱਲ ਜਾ ਕਰਕੇ ਜੋਬਣੀ ਉਧਰ ਨੂੰ ਜਾਂਦਾ ਵਾ ਚੱਲ ਜਾ ਕਰਾਂ ਆਹੋ ਤੇ ਕੋਈ ਗੱਲ ਨਹੀਂ ਆਹੋ 5-6 ਮਹੀਨੇ ਹੈਗੇ ਕਰ ਲੈਣੀ ਆ ਮੈਂ ਤਾਂ ਬਾਅਦ ਚ 2-3 ਮਹੀਨੇ ਮੈਂ ਛੁੱਟੀਆਂ ਲੈ ਲੂੰਗੀ ਆਹੋ ਤੇ ਸਵੇਰੇ ਜਦੋਂ ਨੂੰ ਜਾਂਦਾ ਉਦੋਂ ਨੂੰ ਸਕੂਲ ਲੱਗ ਜਾ ਕਰਨਾ ਆਹੋ ਤੇ 2:30 ਵਜੇ ਉਹ ਹੁੰਦਾ ਤੇ ਨਾਲੇ ਤੈਨੂੰ ਲਿਆ ਕਰੂਗਾ ਚੱਲ ਠੀਕ ਆ ਤੁਸੀਂ ਫਿਰ ਮੰਨ ਗਈਆਂ ਨਾ ਮੰਮੀ ਨੂੰ ਪੁੱਛਣਾ ਹੁਣ ਤੇ ਤਨਖਾਹ ਵੀ ਚੰਗੀ ਆ ਚੱਲ ਜਿਹੜੇ 3-4 ਮਹੀਨੇ ਲੱਗਣਗੇ ਉਹ ਸਹੀ ਆਹੋ ਚੱਲ ਕੋਈ ਨਾ ਕੋਈ ਖਾਊਗਾ ਹੀ ਆਹੋ ਮੰਮੀ ਨੂੰ ਪੁੱਛ ਲੈ ਮੰਮੀ ਨੇ ਕਹਿਣਾ
ਚਲ ਮੰਮੀ ਨੂੰ ਪੁੱਛ ਕੇ ਲੈਣੀ ਆ ਪਰ ਮੰਨ ਜਾਣਗੇ ਤੇ ਤੇ ਮੈਂ ਡੈਡੀ ਨੂੰ ਪੁੱਛ ਲੈਣਾ ਅਸਲ ਪੁੱਛ ਲਓ ਬਾਕੀ ਤੂੰ ਮੰਮੀ ਨੂੰ ਪੁੱਛ ਲੈ ਚੱਲ ਤੂੰ ਖਾ ਤੇ ਨਾਲੇ ਮੈਂ ਮੰਮੀ ਨੂੰ ਘੱਲ ਲਾਂ ਮੈਂ ਡੈਡੀ ਨੂੰ ਪੁੱਛ ਕੇ ਆਵਾਂ ਭਰਾ ਵੀ ਉਹ ਕੀ ਕਹਿੰਦਾ ਹਾਂ ਚਲ ਵੇਖ ਲਓ ਪੁੱਛ ਲਓ ਮੰਮੀ ਨੂੰ ਇੱਥੇ ਘਲਾ ਦਿਓ ਰਪਿੰਦਰ ਹਾਂਜੀ ਕੀ ਗੱਲ ਕੰਮ ਹੀ ਕੋਈ ਤੂੰ ਆਵਾਜ਼ ਮਾਰੀ ਹੈਗੀ ਮੰਮੀ ਕੰਮ ਤੇ ਇਹ ਹੀ ਮੈਨੂੰ ਨਾ ਫੋਨ ਆਇਆ ਸੀ ਸਕੂਲੋਂ ਫੋਨ ਉਹ ਮੇਰੇ ਬੱਬੇ ਦਾ ਰਿਜ਼ਿਊਮ ਨਹੀਂ ਦੇ ਕੇ ਆਏ ਅੱਛਾ ਉਹ ਨਾ ਹੁਣ ਫੋਨ ਕਰਨ ਦੇ ਸੀ ਸਰ ਅੱਛਾ ਕੀ ਕਹਿੰਦੇ ਆਖੰਦੇ ਕਿ ਟੀਚਰ ਦੀ ਲੋੜ ਆ ਮੈਨੂੰ ਅੱਛਾ ਤੇ ਇਹ ਕਰਕੇ ਜਦੋਂ ਹੀ ਲੱਗ ਸਕਦੀ ਹੋ ਤੇ ਮੈਨੂੰ ਦੱਸਿਓ ਕਨਫਰਮ ਕਰਕੇ ਸਕੂਲ ਲੱਗਣਾ ਮੰਮੀ ਮੇਰਾ ਤਾਂ ਘਰ ਵੀ ਵੈਲੀ ਬਸ ਇਦਾਂ ਬੋਰ ਹੁੰਨੀ ਰਹਿਣੀ ਚਲ ਚਲ ਜਿਆ ਕਰੂੰਗੀ ਚਲ ਕੋਹ ਨਾ ਕੋਹ ਆਊਗਾ ਹੀ ਮੇਰੀ ਸੁਣ ਲੈ ਗੱਲ ਹੁਣ ਤੀਓ ਮੈਂ ਜਾਣ ਦੇਣਾ ਪੁੱਤ ਤੈਨੂੰ ਪਤਾ ਹੀ ਹੈ ਨਾ ਪ੍ਰਾਈਵੇਟ ਸਕੂਲਾਂ 'ਚ ਕੀ ਆ 5-7 ਹਜ਼ਾਰ ਦੇ ਬਦਲੇ ਤੁਰੀ ਫਿਰਨਾ ਰਾਵਾਂ ਦੇ ਵਿੱਚ ਤੂੰ ਹੈ ਮੈਨੂੰ ਨਹੀਂ ਇਹ ਗੱਲ ਮਨਜ਼ੂਰ ਬਿਲਕੁਲ ਵੀ ਭਾਵੇਂ ਤੂੰ ਗੁੱਸਾ ਹੀ ਕਰ ਮੇਰੀ ਗੱਲ ਦਾ ਕੋਈ ਗੱਲ ਨਹੀਂ ਸਭ ਕੁਝ ਹੈਗਾ ਸਾਡੇ ਘਰ 'ਚ ਕੀ ਨਹੀਂ ਮਿਲਦਾ ਤੈਨੂੰ ਮੰਮੀ ਉਹ ਨਹੀਂ ਗੱਲ ਹੈਗੀ ਮੈਂ ਚਲ ਘਰ ਬੈਠੀ ਵੀ ਤੇ ਵਿਹਲੀ ਰਹਿਣੀ ਆ ਚਲ ਇਹ ਚਲੇ ਉੱਥੇ ਚਲ ਚਲ ਜਾ ਕਰ ਨਾਲ ਟਾਈਮ ਪਾਸ ਹੋ ਜਾ ਕਰੂਗਾ ਨਹੀਂ ਨਹੀਂ ਪੁੱਤ ਮੈਨੂੰ ਬਾਬੇ ਨੇ ਮਾਹੇ ਖੁਸ਼ੀ ਦਿੱਤੀ ਆ ਇਹ ਮੌਕਾ ਮੈਂ ਹੱਥੋਂ ਨਹੀਂ ਗਵਾਉਣਾ ਚਾਹੁੰਦੀ ਹੁਣ ਲੱਗੀ ਹੈ ਨਾ ਸਮਝ ਤੇ ਤੂੰ ਮੇਰੀ ਧੀ ਨਾ ਚੁੱਪ ਕਰਕੇ ਘਰੇ ਹੀ ਬਹਿ ਆਪਾਂ ਨਹੀਂ ਜਾਣਾ ਸਕੂਲਾਂ ਦੇ ਵਿੱਚ ਐਵੇਂ ਪ੍ਰਾਈਵੇਟ ਤਾਂ ਧੱਕੇ ਖਾਂਦੇ ਫਿਰਨਾ ਬੈਠੀ ਆ ਅੰਦਰ ਚਲ ਜਾਣਾ ਸੀ ਕੋਈ ਨਹੀਂ ਚਲ ਜਾਂਦੇ ਮੈਂ ਠੰਡ ਹੋ ਗਈ ਆ ਬਾਹਰ ਤੇ ਮੰਮੀ ਗਏ ਸੀ ਅੰਦਰ ਕੀ ਕਹਿੰਦੇ ਫਿਰ ਕਹਿਣਾ ਕੀ ਆ ਉਹੀ ਬਸ ਨਾ ਕਰਦੀ ਆ ਕਿੱਥੇ ਆਂਦੀ 7-8 ਹਜ਼ਾਰ ਦੇ ਮਗਰ ਇਹ ਤੁਰੀ ਫਿਰੇਂਗੇ ਸਕੂਲਾਂ ਵਿੱਚ ਇਹ ਨਹੀਂ ਮੈਂ ਡੈਡੀ ਨੂੰ ਤਾਂ ਪੁੱਛਿਆ ਸੀ ਉਹ ਤਾਂ ਮੰਨ ਗਿਆ ਕਹਿੰਦਾ ਚਲ ਕੋਈ ਗੱਲ ਨਹੀਂ ਘਰ ਵੀ ਵਿਹਲੇ ਹੀ ਬਹਿਣਾ ਉਹਨੇ ਆਹੋ ਤੇ ਉਹਨੇ ਮੈਨੂੰ ਉਦੋਂ ਹੀ ਕਹਿਤਾ ਸੀ ਮੰਮੀ ਨੇ ਨਹੀਂ ਤੇਰੀ ਨੇ ਮੈਨੂੰ ਨਹੀਂ ਆਂਦੀ ਕਿੱਥੇ ਇਹ ਧੱਕੇ ਖਾਂਦੀ ਰਵੇਂਗੀ ਇਹ ਘਰ ਬੈਠੀ ਰੋ ਆਰਾਮ ਨਾਲ ਇਹ ਚਲ ਵੇਖ ਲਾ ਫਿਰ ਅੱਗੇ ਮਹਾ ਕਪਤ ਮੁਕਾਵਾ ਘਰ ਚ ਉਹੋ ਹੀ ਨਾ ਫਿਰ ਮੈਂ ਵੀ ਇੱਥੇ ਜਾ ਰਿਹਾ ਉਹ ਇੱਥੇ ਬਾਹਰ ਠੰਡ 'ਚ ਬੈਠੇ ਜੇ ਅੰਦਰ ਹੋ ਜਾਓ ਹਾਂ ਉਹ ਯਾਰ ਉਦਾਂ ਹੀ ਡੇ ਗੱਲਾਂ ਬਾਤਾਂ ਕਰਨ ਇੱਥੇ ਕੀ ਗੱਲ ਹੋਈ ਆ ਕੋਈ ਨਹੀਂ ਇਹਨੇ ਬੱਬੇ ਹਰੀ ਦਿੱਤਾ ਨਹੀਂ ਚਾਚੀ ਆ ਆਹੋ ਤੇ ਉਹ ਉਹਦਾ ਫੋਨ ਆਇਆ ਸੀ ਇਹਨੂੰ ਸਕੂਲੋਂ ਆਹੋ ਯਾਰ ਉਹ ਆਂਦੇ ਵੀ ਇਹਨੂੰ ਟੀਚਰ ਚਾਹੀਦਾ ਵਾ ਇੱਕ ਅੱਛਾ ਤੇ ਇਹ ਆਂਦੀ ਮੰਮੀ ਨੂੰ ਪੁੱਛ ਲੈਣੀ ਆ ਅੱਛਾ ਤੇ ਮੰਮੀ ਨੇ ਕਰਤੀ ਨਾ ਨਾ ਕਰਦੀ ਤੂੰ ਪੁੱਛਿਆ ਹੀ ਆ ਪੁੱਛਿਆ ਹੀ ਭਾਜੀ ਮੰਮੀ ਆਂਦੀ ਕਿ ਰਹਿਣ ਦੇ ਠਾਂ ਕਿੱਥੇ ਇਹ ਧੱਕੇ ਖਾਂਦੀ ਰਹਿਣਗੇ ਸਕੂਲਾਂ ਦੇ ਵਿੱਚ ਹੁਣ ਤੇ ਮੈਂ ਅੱਗੇ ਮਹਾ ਕਬਾਤ ਮੁਕਾ ਕਰ ਚੁੰਦੇ ਰਹਿਣਗੇ ਆਹੋ ਗੱਲ ਤੇ ਉਹਦਾ ਤੁਹਾਡੀ ਸਹੀ ਆ ਹਾਂ ਮਹਾ ਮਹਾ ਤੇ ਮੰਨੇ ਆ ਤੇ ਚੱਲ ਇਹ ਤੁਹਾਡਾ ਟਾਈਮ ਵਧੀਆ ਵਧੀਆ ਲੰਘ ਜਾਏ ਤੇ ਮੁੜ ਕੇ ਭਾਵੇਂ ਲੱਗ ਜਿਓ ਡੈਡੀ ਨੂੰ ਮੈਂ ਪੁੱਛਿਆ ਸੀ ਉਹ ਤਾਂ ਕਹਿੰਦਾ ਚੱਲ ਕੋਈ ਗੱਲ ਨਹੀਂ ਤੇ ਪਰ ਉਹਨੇ ਵੀ ਕਹਿਤਾ ਵੀ ਮੰਮੀ ਨੇ ਨਹੀਂ ਮੰਨਣਾ ਉਹ ਚੱਲ ਕੋਈ ਨਹੀਂ ਰੁਕ ਜਾ ਜੇ ਥੋੜਾ ਚਿਰ ਮੈਂ ਵੀ ਤੁਹਾਨੂੰ ਇਹੋ ਸਲਾਹ ਦਊਂਗਾ ਹਾਂ ਚਲੋ ਉੱਥੇ ਅੰਦਰ ਆਓਗੇ ਇੱਥੇ ਠੰਡ 'ਚ ਬੈਠੀ ਆਜੋ ਚਲੋ ਇਦਾਂ ਕਰਦੀ ਆ ਪ੍ਰਭ ਨੂੰ ਫੋਨ ਕਰਨੀ ਆ ਵਿਚਾਰੀ ਕੋ ਜਾਇਆ ਵੀ ਨਹੀਂਗਾ ਗਿਆ ਨਾਲੇ ਉਹਨੂੰ ਖੁਸ਼ਖਬਰੀ ਦੱਸਦੀ ਆ ਮੈਂ ਵੀ ਮੇਰੇ ਘਰ ਵੀ ਖੁਸ਼ਖਬਰੀ ਆ ਗਈ ਆ ਹੁਣ ਹੈਲੋ ਸਤਿ ਸ਼੍ਰੀ ਅਕਾਲ ਭੈਣ ਹੋਰ ਸੁਣਾ ਕੀ ਹਾਲ ਵਾ ਆਹੋ ਖੁਸ਼ ਹੀ ਆਂ ਕਿ ਇਸੇ ਕਰਕੇ ਤੈਨੂੰ ਫੋਨ ਕੀਤਾ ਵਾ ਹੋਰ ਭੈਣ ਮੇਰੀ ਨੌਂਹ ਦੀ ਵੀ ਰੱਬ ਨੇ ਸੁਣ ਲਈ ਆ ਆਹੋ ਤੇਰੇ ਕੋਲ ਨੂੰ ਤਿਆਰ ਜੋ ਹੋਏ ਸੀ ਕੱਲ ਤੇ ਉਧਰੋਂ ਰੁਪਿੰਦਰ ਹੋ ਗਈ ਬਿਮਾਰ ਆਹੋ ਤੇ ਤਾਂ ਕਰਕੇ ਫਿਰ ਉਹਨੂੰ ਲੈ ਕੇ ਚਲ ਗਏ ਤੇ ਤੇਰੇ ਕੋਲ ਆਇਆ ਨਹੀਂ ਗਿਆ ਤੇ ਨਾ ਮੇਰੇ ਕੋਲ ਫੋਨ ਕਰਕੇ ਦੱਸ ਹੀ ਹੋਇਆ ਮੁੜ ਕੇ ਤੇ ਮੈਂ ਕਿਹਾ ਚੱਲ ਮੈਂ ਦੱਸ ਦਿੰਦੀ ਹਾਂ ਆ ਨਹੀਂ ਨਹੀਂ ਵਧਾਈ ਬਣੀ ਆ ਕਿ ਆਹੋ ਹੋਰ ਸੁਣਾ ਹਾਂ ਠੀਕ ਆ ਟੈਸਟ ਕਾਹਦਾ ਟੈਸਟ ਅੱਛਾ ਰੁਪਿੰਦਰ ਦਾ ਕਿੰਨਾ ਮਹੀਨਾ ਬਾਅਦ ਹੁੰਦਾ ਵਾ ਠੀਕ ਵਾ ਗੱਲ ਤੇ ਤੇਰੀ ਠੀਕ ਵਾ ਵੀ ਜੇ ਕੁੜੀ ਹੋ ਗਈ ਤਾਂ ਫਿਰ ਆਪਾਂ ਕੀ ਕਰਾਂਗੇ ਚੱਲ ਪਹਿਲਾਂ ਹੀ ਪਤਾ ਲੱਗ ਜਾਏ ਚੰਗੀ ਗੱਲ ਵਾ ਅਤੇ ਹੈਗੀ ਵਾਕ ਵੀ ਕਿਸੇ ਡਾਕਟਰ ਨਾਲ ਤੈਨੂੰ ਪਤਾ ਵਾ ਨਾ ਆਹੋ ਗੈਰ ਕਾਨੂੰਨੀ ਕੰਮ 'ਚ ਹੋਇਆ ਹੁਣੇ ਆਹੋ ਚੋਰੀ ਛੁਪੇ ਕਰਨਾ ਪੈਣਾ ਤੂੰ ਮੈਨੂੰ ਪੜਦੇ ਰਾ ਦੱਸਦੀ ਠੀਕ ਵਾ ਕੋਈ ਗੱਲ ਨਹੀਂ ਨਾ ਮੈਂ ਲਵਲੀ ਨੂੰ ਦੱਸਣਾ ਨਾ ਜੋਬਨ ਨੂੰ ਦੱਸਣਾ ਅਤੇ ਨਾ ਉਹਨਾਂ ਦੇ ਪਿਓ ਨੂੰ ਚੁੱਪ ਕਰਕੇ ਰੁਪਿੰਦਰ ਨੂੰ ਲੈ ਕੇ ਆ ਜੂੰਗੀ ਮੈਂ ਆਹੋ ਠੀਕ ਵਾ ਕੋਈ ਗੱਲ ਨਹੀਂ ਅੱਛਾ ਚੱਲ ਕਿਤੇ ਘਰੇ ਕਰਦੀ ਹੋਣੀ ਆ ਚੱਲ ਕੋਈ ਨਹੀਂ ਚੁੱਪ ਕਰਕੇ ਤੂੰ ਮੇਰੇ ਨਾਲ ਚੱਲ ਫਿਰੀ ਫਿਰ ਦੋਵੇਂ ਜਣੀਆਂ ਜਾ ਕੇ ਨਾ ਤਾਂ ਉਹਦੇ ਘਰੇ ਜਾ ਕੇ ਟੈਸਟ ਕਰਾ ਲਾਂਗੇ ਇਹਦਾ ਫਿਰ ਚੰਗਾ ਆਹੋ ਨਹੀਂ ਆ ਤੂੰ ਮੈਨੂੰ ਚੰਗੀ ਮਤ ਦਿੱਤੀ ਉਹ ਚੱਲ ਪਹਿਲਾਂ ਹੀ ਪਤਾ ਲੱਗ ਜੂਗਾ ਤਾਂ ਵਧੀਆ ਹੋ ਜੂ ਸਗੋਂ ਹੈ ਨਾ ਹਾਂ ਚੱਲ ਠੀਕ ਵਾ ਫਿਰ ਮੈਨੂੰ ਪਤਾ ਕਰਕੇ ਨਾ ਮੇਰੀ ਭੈਣ ਅਤੇ ਚੰਗੀ ਤਰ੍ਹਾਂ ਦੱਸੀ ਵੀ ਕਿੱਥੇ ਕਿੱਥੇ ਡਰੈਸ ਲੈ ਲਈ ਪੂਰਾ ਆਹੋ ਕੋਈ ਨਹੀਂ ਮੈਂ ਲੈ ਕੇ ਆ ਜੂੰਗੀ ਇਹਨੂੰ ਤੂੰ ਨਾ ਫਿਕਰ ਕਰ
आहो नहीं पैसे भी लूंगी किन्ने लगते है चल लूंगी मैं आहो 10-15 हज़ार रुपया बड़ा वा आ इन्ने तो है मेरे को वखरे मैं कड़ा दसना किसी चल कोई नहीं मैं लै आऊंगी आहो हो लेंदे थोड़े जिन अजे हाँ हाँ चल दसती फिर मैं चंगा चंगा मैं रख दी हूँ आ ना जाए कोई चंगा चल आ वधिया कीता ही प्रभ ने पहला ही पता लग जूगा ना तो फिर मैं भी खुशी खुशी काम करूँगी सारी बहुत